ਸ਼ਿਕਾਲ ਜੀ ਸਾਰੇ ਜਣੇ ਨੂੰ ਹੌਫਲ ਤੇ ਸਾਈ ਠੀਕ ਠਾਕ ਹੋਗੇ ਸਵਾਗਤ ਆਪਣੇ ਚੈਨਲ ਤੇ ਜਿਹਦਾ ਨਾਮ ਕੀ ਆ ਬੋਲੋ ਜਸ਼ਨਪ੍ਰੀਤ ਕੌਰ ਤੇ ਅੱਜ ਆਪਾਂ ਚੱਲੇ ਆ ਸਾਰੇ ਆਣੇ ਮੇਰੀ ਚਾਚੀ ਮੇਰਾ ਚਾਚਾ ਨਾਲ ਖੁਸ਼ੀ ਨਾਲ ਈਲੂ ਨਾਲ ਸਾਡੀ ਗੱਡੀ ਨਾਲ ਨਾਲ ਹਰਨੇਕ ਸਾਰੇ ਆਣੇ ਚੱਲੇ ਆ ਨਾਨਕੇ ਨਾਲੇ ਅੰਟੀ ਛੋਟਾ ਜਿਹਾ ਸਾਨੂੰ ਕੰਮ ਸੀ ਉਹ ਨਾਲੇ ਸਪੈਸ਼ਲੀ ਨਾਨਕੇ ਚੱਲੇ ਨਾਨਕੇ ਨੂੰ ਜਿੱਦਣ ਦੀ ਅਸੀਂ ਮਿਲਣ ਨਹੀਂ ਗਈ ਅੱਜ ਸਾਰੇ ਆਣੇ ਮਿਲਣ ਚੱਲੇ ਆ ਮੈਂ ਚਲ ਨਾਨਕਿਆਂ ਨੂੰ ਵੀ ਮਿਲ ਆਈਏ ਵਾਰੀ ਵਾਰੀ ਸਾਰਿਆਂ ਦਾ ਨੰਬਰ ਲੱਗਣ ਦਾ ਕੁੜੀ ਬੀਜੀ ਬੜੀ ਆ ਕਿੱਥੋਂ ਆਈ ਆ ਬਾਹਰੋਂ ਆਈ ਆ ਬਾਹਰੋਂ ਆਈ ਕੁੜੀ ਤੇ ਕੁੜੀ ਬੀਜੀ ਬੜੀ ਆ ਤਾਂ ਕਰਕੇ ਟਾਈਮ ਨਹੀਂ ਲੱਗਣ ਡਿਆ ਤੇ ਹੁਣ ਫਾਈਨਲੀ ਅਸੀਂ ਚੱਲੇ ਹਾਂ ਨਾਨਕੇ ਤੇ ਉਸ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਮੈਨੂੰ ਸਨੈਪਚੈਟ 'ਤੇ ਵੀ ਜ਼ਰੂਰ ਐਡ ਕਰ ਲਿਓ ਜਸ਼ਨਕੌਰ 7501 ਅਤੇ ਹੁਣ ਬਸ ਆਪਾਂ ਚੱਲੀਏ ਕਿਉਂਕਿ ਜਿਹੜੇ ਮੇਰੇ ਨਾਨਕੇ ਮੇਰੇ ਜਿਹੜੇ ਮਾਮਾ ਜੀ ਦੇ ਬੇਟਾ ਬੇਟੀ ਅਭੀ ਅਤੇ ਅਵਨੀਤ ਪ੍ਰਭੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਅਤੇ ਬਹੁਤ ਜ਼ਿਆਦਾ ਵੇਟ ਕਰਦੇ ਕਦੋਂ ਮੈਂ ਅਤੇ ਨੇਕ ਜਾਈਏ ਮੰਮੀ ਵਾਰੀ ਬੜੀ ਵੇਟ ਕਰਦੇ ਹੁੰਦੇ ਸੀ ਅਤੇ ਬਸ ਉਹਨਾਂ ਨੂੰ ਅੱਜ ਮਿਲਣ ਚੱਲੀ ਹਾਂ ਫਾਈਨਲੀ ਅੱਜ ਮੈਨੂੰ 7 ਦਿਨ ਹੋ ਗਏ ਅਤੇ ਉਹਨਾਂ ਨੂੰ ਮਿਲਣ ਚੱਲੀ ਹਾਂ ਮਿਲਣ ਨਹੀਂ ਗਈ ਸੀ ਉੱਦਣ ਦੀ ਅਤੇ ਚਲੋ ਜਲਦੀ ਜਲਦੀ ਚੱਲੀਏ ਅਤੇ ਇੱਦਾਂ ਹੀ ਬਣੇ ਰਹੋ ਮਿਲਦੇ ਹਾਂ ਫਿਰ ਹੁਣ ਤੁਰ ਪਏ ਹਾਂ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਨਾਨਕੇ ਜਾ ਕੇ ਇਲੂ ਡੌਨ ਮੇਰੇ ਨਾਲ ਬੈਠਾ ਹੋਇਆ ਕਿਉਂਕਿ ਇਹਨੂੰ ਅੱਗੇ ਅੱਜ ਜਗ੍ਹਾ ਨਹੀਂ ਮਿਲੀ ਤਾਂ ਕਰਕੇ ਅੱਗੇ ਨੇ ਇਹਨੂੰ ਬਿਠਾਇਆ ਇੱਧਰ ਨਾਲ ਚਾਚੀ ਹਰਨੇਕ ਡਰਾਈਵਰ ਗੱਡੀ ਸਵਾਰ ਦੂਜਿਆਂ ਨੂੰ ਮੌਕਾ ਦੇਣਾ ਚਾਹੀਦਾ ਬੈਨ ਬੈਨ ਦਾ ਦੂਜਿਆਂ ਨੂੰ ਮੌਕਾ ਵੀ ਦੇਣਾ ਚਾਹੀਦਾ ਚਲੋ ਹੁਣ ਮਿਲਦੇ ਤੁਹਾਨੂੰ ਜਾ ਮੇਰਾ ਸ਼ੂਟ ਵੀ ਆਈ ਦੀ ਪਹਿਲੀ ਉਹਨਾਂ ਨੂੰ ਜਾ ਕੇ ਸਰਪ੍ਰਾਈਜ਼ ਦਿੰਦੀ ਕਿੱਥੇ ਗਈ ਹਲ ਕੀ ਹਾਲ ਆ ਵਧੀਆ ਤੇਰੇ ਪਹਿਲਾਂ ਮੈਂ ਤਾਂ ਕਹਿੰਦਾ ਮਿਲਦੇ ਆ ਮਿਲਣਾ ਹੀ ਚਾਚਾ ਹੈਲੋ ਮੰਮੀ ਸਤਿ ਸ਼੍ਰੀ ਅਕਾਲ ਅੰਦਰ ਕਿੱਥੇ ਉਹਦੇ ਮਿੱਟੀ ਲਾਉਣ ਦੇ ਆਵਾਜ਼ ਮਾਰੇ ਮਰੇ ਆਂਟੀ ਮੈਂ ਆਈ ਜੇ ਸਤਿ ਸ਼੍ਰੀ ਅਕਾਲ ਕੀ ਹਾਲ ਜੇ ਠੀਕ ਆ ਮੈਂ ਮਿਲ ਕੇ ਆਵਾਂ ਚੇਚਾ ਆ ਮਿਲਿਆ ਸੀ ਮੈਨੂੰ ਰਾਹ ਚ ਕੱਲ ਵੀ ਆਂਟੀ ਜਿੱਦਾਂ ਦੀ ਮੱਝ ਚਾਹੀਦੀ ਤੁਸੀਂ ਖਰੀਦ ਸਕਦੇ ਜੇ ਇਹ ਆਪਣੀਆਂ ਮੱਝਾਂ ਹੀ ਆ ਇੱਥੇ ਮੇਰਾ ਸ਼ੂਟ ਹੋਇਆ ਜਿਹਨੇ ਜਿਹਨੇ ਵੇਖਿਆ ਉਹ ਵਲੌਗ ਵੇਖਿਆ ਹੀ ਹੋਣਾ ਸਹੀ ਗੱਲ ਕਿ ਨਹੀਂ ਆ ਚੌਂਕੇ ਚ ਵੀ ਮੇਰੀ ਵੀਡੀਓ ਬਣੀ ਸੀ ਕਿਹੜੀ ਪਸੰਦ ਆ ਹਾਂ ਵੇ ਮੇਰੀ ਵੱਲ ਵੇਖਣ ਦੀ ਐਡੀ ਡਰਾਵਣੀ ਨਾ ਵੇ ਮੇਰੀ ਭੈਣ ਨਾ ਆਂਟੀ ਤੇਰੇ ਵੇ ਲਾੜ ਲਈ ਆ ਹੋ ਗਈ ਆਪਣੀ ਤੇ ਚਲੋ ਚੱਲੀਏ ਮੈਨੂੰ ਵੀ ਦੋ ਖਾਣ ਨੂੰ ਥੱਲੇ ਵੀ ਰਬੜ ਜੀ ਉਹ ਕੁਝ ਜੈਲੀ ਆ ਤੇ ਆ ਹਰਨੇਕ ਦਾ ਮੂੰਹ ਪਹਿਲਾਂ ਇੱਕ ਟਾਈਮ ਹੁੰਦਾ ਸੀ ਇਲੂ ਮੇਰਾ ਵੱਡਾ ਮੂੰਹ ਕਹਿੰਦਾ ਹੁੰਦਾ ਪਰ ਅੱਜ ਦੇ ਟਾਈਮ ਚ ਨੇਕ ਦਾ ਕਹਿੰਦਾ ਤੇ ਖਾਓ ਇਲੂ ਜੈਲੀ ਖਾਓ ਯੈਲੋ ਖਾਓ 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 ਇਲੀਆ ਵੀ ਬਹੁਤ ਇਮੋਸ਼ਨਲ ਬੈਠਾ ਹੁਆ ਹੈ ਹਮ ਆਪਕੋ ਬਤਾ ਨਹੀਂ ਸਕਤੇ ਇਸਕੇ ਸਾਥ ਕਿਆ ਹੁਆ ਹੈ ਸੋ ਯੇ ਅਭੀ ਸਸਪੈਂਸ ਹੀ ਹੈ ਯੇ ਨਹੀਂ ਹਮ ਬਤਾ ਸਕਤੇ ਬਤਾਏਂਗੇ ਅਰੇ ਮੈਂ ਹਿੰਦੀ ਚ ਕਿੱਦਾਂ ਆ ਗਈ ਮੈਂ ਪੰਜਾਬੀ ਚ ਹੀ ਬਈ ਆਣੀ ਹੈ ਸਾਡੀ ਫੈਮਿਲੀ ਉਹ ਗਈ ਹੋਈ ਹੈ ਹੈਲੋ 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 ਜਨਤਾ ਹੁੰਦੀ ਨਹੀਂ ਤੂੰ ਦੱਸ ਠੀਕ ਆ ਹੁਣ ਚੱਲ ਪਾਓ ਫਿਰ ਵਾਰੀ ਵਾਰੀ ਇੱਕ ਗੱਡੀ ਤੇ ਚੜ ਕੇ ਕਿੱਦਾਂ ਖੁਸ਼ੀ ਅਜੇ ਦੰਦ ਆ ਗਏ ਟੁੱਟਣ ਡਿਆ ਕਰ ਆ ਜਿਹੜੇ ਦੋ ਨੀ ਹੋਣੇ ਤੇਰੇ ਦੰਦ ਹੁਣ ਇਲੂ ਕਿਆ ਕਰ ਰਿਹਾ ਮੇਰੀ ਗੱਲ ਸੁਣ ਉਹ ਹੈਗਾ ਨਾ ਉੱਪਰ ਬਸ ਸੱਚੀ ਦੱਸੀ ਇਲੂ ਨੂੰ ਮੈਂ ਖਡਾਉਂਦੀ ਰਹੀ ਕਿ ਨਹੀਂ ਇਲੂ ਨੂੰ ਮੈਂ ਕਿੰਨਾ ਖਡਾਇਆ ਦੱਸੋ ਮੈਂ ਵੱਡੀ ਇਹਨੂੰ ਖਡਾਉਂਦੀ ਨਾ ਇਹਦਾ ਲੈਂਟਰ ਕਿੰਨਾ ਚਾਹੁੰਦਾ ਹੁੰਦਾ ਸੀ
गोरा हो गया हुण अपर अबे किदा एक्टिंग किदा करदा प्रभी दस दी एक बार कर दे डाको चल एक बार एक मेरा भरा नहीं चल आजी तुसी बाहर गड्डी लगे खलोजो असि सानू दो घंटे लग गए फिर उदो आने कह दो चाचा जी मम्मी को दो घंटे तक आने बाबा वेखी बड़ी वीडियो मशहूर जान दी है अभी नु चुको ते पखा रोको मामा दो थोड़ा जा स्कूटरी चलाउन लगे ध्यान ना जायो बात पता नहीं निकलेगी मोटे हो गए की खा रहे हो कुछ नहीं खाता मैं चाव की करूंगी रहन दो फिर ए सब बना लथनी इधर लथनी फस ही गई है ते एंटी तेरा देखी नहीं है कहीं ना हो गया हेयर कट करवाना है एंटी ए खुद ही करूंगी ते ये एंटी की तरह कट करवा जा रही की लुक निकल रही सारे बाकी खुले हैं सारे पाओ ना फिलहाल ला दियो आहो लाने पैने सारे बड़े दिनों बाद एक्टिव चलाई चलो वेंडी आंटी आंटी ने क्या हेडवॉश करन थाने कर के देखी सिर तो लो सलून चाहिए बता नहीं जो मेरी आंटी बहुत चंगे हैं हड़िया मम्मी ने मैं क्या थोड़ा मॉडल बना दिए पता नहीं ना लगता आंटी का हेडवॉश करा लो निके निके आंटी मेरे दिल नूं हर तरह होंदी जदों वाल कटे जांदे चाचे ने पछाण नहीं टोर निकल जेडे काम लिया सरप्राइज देना
ਕਲਰ ਨਾ ਕਿੰਨੇ ਸੋਹਣੇ ਲੱਗਣ ਲੱਗ ਪਏ ਨਾ ਕਲਰ ਆ ਘਰੇ ਕੀਤਾ ਹੈ ਹਜੇ ਜੇ ਹੋ ਗਿਆ ਵਾ ਥੋੜਿਆ ਆ ਹਨਾ ਬੜੇ ਮੈਨੂੰ ਤੇ 8 9 ਮਹੀਨੇ ਹੋ ਗਏ ਆਂਟੀ ਦਿਖਾ ਆਂਟੀ नाम जोत किवें लगदे सारे ਸਾਰੇ ਬਲੋਕ ਕਿਵੇਂ ਲੱਗਦੇ ਹੈ ਕਹਦੇ ਸਾਰੇ ਵੈਨੀ ਆ ਕਿ ਵਧੀਆ ਲੱਗਦੇ ਆ ਇਹ ਕੁੜੀ ਮੈਨੂੰ ਚੇਚਾ ਮਿਲਣਾ ਹੀ ਮੇਰੇ ਨਾਨਕੇ ਦੇ ਘਰ ਲੱਗੇ ਰਹਿੰਦੀ ਆ ਚਲ ਬਾਏ ਹੁਣ ਸ਼ਰਮ ਆ ਗਈ ਪਹਿਲਾਂ ਦੀ ਦੀਦੀ ਤਾਂ ਸਾਰੇ ਬਲੋਕ ਵੀ ਨਹੀਂ ਆ ਇਹ ਤਾਂ ਕਹਿੰਦੀ ਕਹਿੰਦੀ ਨਾ ਸਾਰੇ ਬਲੋਕ ਵੀ ਨਹੀਂ ਨਹੀਂ ਆ ਤੇ ਚਲੋ ਰੋਟੀ ਪਾਣੀ ਆਪਾਂ ਖਾ ਲਿਆ ਹੈ ਤੇ ਫਾਈਨਲੀ ਹੁਣ ਆਪਾਂ ਚੱਲਿਆ ਘਰ ਸਬਜੀ ਘਰ ਮੇਰੇ ਨਾਨਕੇ ਨੇ ਬਣਾਇਆ ਸਾਗ ਕੀ ਬਾਤ ਹੈ ਇੱਕ ਵਾਰੀ ਮੰਮੀ ਨੇ ਬਣਾਏ ਕੀਆ ਤੋਰੀ ਨਿਊਟਰੀ ਆਲੂ ਪਨੀਰ ਦਹੀਂ ਪਾਣੀ ਕੀ ਹੋ ਜੀ ਪੂਰੀ ਸੇਵਾ ਕਰਾਈ ਜਵਾਈ ਆਏ ਨਾ ਤਾਂ ਕਰਕੇ ਪੂਰੀ ਸੇਵਾ ਕਰਾਈ ਕੁੜੀ ਆਈ ਨਾਲੇ ਆਵੇ ਜਵਾਈ ਬੈਠ ਜਵਾਈ ਆ ਉਹ ਕਹਿੰਦਾ ਨਾ ਪਤਾ ਕੀ ਕਹਿੰਦਾ ਨਾ ਫੋਨ ਕਰਕੇ ਭੁੱਖ ਤੁਹਾਡਾ ਜਵਾਈ ਆਉਂਦਾ ਭੁੱਖ ਲੱਗੀ ਆ ਭੁੱਖ ਲੱਗੀ ਆ ਰੋਟੀ ਸਬਜੀ ਵਧੀਆ ਬਣਾ ਕੇ ਰੱਖਿਓ डॉलर मिल चंगी तरह।